ਹੁੰਦਾ ਹੈ ਖੁਦਾ ਦਾ ਖੁਦਾ ਦੇ ਰਸੂਲ ਦਾ ਕਰਨਾ ਪਾਕ ਪਰਵਰਦਿਗਾਰ ਦਾ ਸੁੱਤਿਆਂ ਨੂੰ ਸੁੱਖ ਤੇ ਜਾਗਦੇ ਨੂੰ ਰਹਿਮ ਖੁਦਾ ਦਾ ਵਾਹ 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 ਅੱਲਾ ਬਾਦਸ਼ਾਹ ਹੈ ਕਾਗਜ਼ ਦੀ ਬੇੜੀ ਹੈ ਕਬੂਤਰ ਮਲਾ ਹੈ ਕਿਹੜੀ ਸੁੱਤੀ ਪਈ ਹੈ ਉਹ ਸਿਰਾਂ ਦੀ ਦਿੱਤੀ ਪਈ ਹੈ ਉੱਥੋਂ ਲੱਗੇ ਹਾਥੀ ਪਿਆ ਦੀ ਕਿਹੜਾ ਮੈਂ ਟੁੱਕ ਟੁੱਕ ਲੌਂਗ ਕਰੇਂਦਾ ਅੱਜ ਕਿਤਮ ਨਦੀ ਵਾਏ ਉਤਾਵਲੀ ਗੱਤੇ ਘੁੰਮਰ ਗੇਰ ਲਾਈਏ ਤੋੜ ਨਿਭਾਈਏ ਨਹੀਂ ਤਾਂ ਕਰੀਏ ਚੁੱਪ ਜੱਜਣ ਨੂੰ ਕੀ ਸਲਾਈਏ ਜੀ ਦੀ ਛਾਣਾ ਤੁੱਪ ਅੱਗੋ ਜੱਜਣ ਪਿਆਦ ਹੈ ਗੱਲਾਂ ਕਰੇ ਮਨ ਭਾਵਣੀਆਂ ਮਨ ਚ ਰੱਖੇ ਦਰੋ ਕੌਲ ਨਾ ਪਾਲੇ ਆਪਣਾ ਮੈਂ ਇੱਥੇ ਦੇਵੇਂ ਦੋ ਗੱਲ ਦਾ ਮੁੜ ਛਿੜਪੀ ਆ ਗੱਲ ਦਾ ਮਜ਼ਕੂਰੇ ਅੱਲਾ ਜਾਣਾ ਸੱਚ ਜੇ ਕੂੜ ਹੈ ਇਹ ਬਹੁ ਚਿਰ ਦੀ ਗੱਲ ਹੈ ਜੇ ਇੱਕ ਬਸਤੀ 'ਚ ਇੱਕ ਨਾਮੀ ਗ੍ਰਾਮੀ ਚੋਰ ਰਹਿੰਦਾ ਹਾਂ ਨਾ ਕੁਛ ਹੋਰ ਆ ਪਰ ਵਾਸੀ ਵਸੇ ਦੇ ਲੋਕ ਉਹਨੂੰ ਗੜੇ ਸ਼ਾਸ ਦਿੰਦੇ ਆ ਜੀ ਜੀ ਇੱਕ ਰਾਤ ਦੀ ਗੱਲ ਹੈ ਗੜੇ ਸ਼ਾਹ ਨੇ ਇੱਕ ਰੰਨੇ ਦਾ ਜੁਗਾ ਬੰਨਾ ਅਤੇ ਸ਼ੋਧੀ ਪਰਨੋਲ ਸ਼ੋਧੀ ਦੀ ਪਰਨੋਲੀ ਧੀ ਦਾ ਡਾ ਇੱਦਾਂ ਹੁਣ ਕੁਝ ਕੀਤੁਸ ਜਿਹੜਾ ਮਾਵਾਂ ਧੀਆਂ ਬਹੁ ਭੋਰਿਆਂ ਅਤੇ ਯੋਧਾ ਨਾਲ ਬਣਾਇਆ ਹਾਂ ਦੂਜੇ ਨੇ ਗੜਾ ਉੱਥੋਂ ਲੰਘਿਆ ਬੁੜੇ ਨਿਮਾਣੀ ਨਿਮਾਣੀ ਰੋਂਦੀ ਪਟੇਂਦੀ ਅਤੇ ਪਰੋਤੇ ਪਿਕ ਰਹਿੰਦੀ ਆਈ ਗੜੇ ਦਿਲ 'ਤੇ ਅਸਰ ਥਿਆ ਅੱਛਾ ਖਲੋ ਗਿਆ ਇਹ ਜ਼ਿੰਦਗੀ 'ਚ ਪਹਿਲੀ ਦਫ਼ਾ ਗੜਾ ਖਲੋਤਾ ਕਹਿ ਰੁਆਟ ਨੂੰ ਸੁਣ ਕੇ ਜੀ ਵੱਲ ਦਿਲ 'ਚ ਖੌਫ ਪੈਦਾ ਥਿਓਸ ਬੁਰਾ ਕੀਤਾ ਖਲੇ ਖਲੇ ਫੈਸਲਾ ਜਾ ਕੀਤੋ ਜੋ ਅੱਗਾ ਗਰੀਬਾਂ ਕੋ ਨਾ ਲੁਕਸਾਂ ਅਤੇ ਵਾਸੀ ਸੇਬ ਕੋ ਤੰਗ ਨਾ ਕਰੇ ਸਾਂ ਜੇ ਮੂੰਹ ਕਾਲਾ ਕੀਤਮ ਤਾਂ ਵੱਡਿਆਂ ਦੀ ਪਾੜ ਪਟੇ ਸਾਂ ਜਿਹਨਾਂ ਦੀ ਹੱਡੀ ਕੱਟਦੀ ਹੋ ਸੀ ਗੜਾ ਚੋਰੀ ਤੂੰ ਕੁਛ ਦੇਰ ਰੁਕਿਆ ਰਿਹਾ ਬੁੱਖ ਜੋ ਪਟਿਓ ਸਾਨੂੰ ਚਾਹ ਦੇ ਵੱਲ ਟੁਰ ਪਿਆ ਜਿੱਥੇ ਵੰਜੇ ਉਹ ਘਰ ਗਰੀਬ ਦਾ ਹੋਵੇ ਉਹ ਘਰ ਗਰੀਬ ਦਾ ਹੋਵੇ ਆਖਿਰ ਉਹ ਤੰਗ ਥੀ ਕੇ ਸ਼ਹਿਰ ਤੇ ਟੁਰ ਪਿਆ ਇੱਕ ਪੱਕੀ ਮਾੜੀ ਤੱਕੀਓਸ ਰਾਤ ਨੂੰ ਕਲਿਆਂ ਸਨ ਮਾਰੀਓਸ ਮਕਾਨ ਕਹਿ ਵੱਡੇ ਸਰਾਫ ਦਾ ਹਾ ਪੇਟੀਆਂ ਬੰਦ ਸੋਨਾ ਚਾਂਦੀ ਰੋਕ ਰੁਕਾਵਾਂ ਚਾਹੀਦਾ ਭੱਜ ਵਗਿਆ ਮਾਲ ਡੇਖ ਤੇ ਖੁਸ਼ ਥਿਆ ਤੇ ਆਖਣ ਲੱਗਾ ਗਰੀਬਾਂ ਦੇ ਘਰਾਂ ਤਾਂ ਪਾਰਟੀ ਪੁਰਾਣੀਆਂ ਝੁਲੀਆਂ ਤੋਂ ਸਿਵਾ ਕੁਛ ਲੱਭਦਾ ਨਾ ਵੱਡੀ ਲੈਂਦਾ ਟੁਰ ਪਿਆ ਇੱਕ ਨਗਰੇ 'ਚ ਪਹੁੰਚਾ ਪੈਸੇ ਪੱਲਿਆਸ ਵਹਿੰਦਿਆਂ ਨਾਲ ਇੱਕ ਮਹਿਲ ਚ ਖਰੀਦੋਸ ਅਤੇ ਇਤਬਾਰ ਜਮਾਉਣ ਕੀਤੇ ਰਾਹ ਪਧੇੜੀਆਂ ਨੂੰ ਰੋਟੀ ਟੁੱਕਰ ਮੰਜੀ ਬਿਸਤਰਾ ਦੇਵੇ ਆਏ ਗਏ ਅਸ ਤਸ ਕਰੇ ਅਵਾਰਡ ਗਵਾਰਡ ਦੀ ਸੰਭਾਲ ਅਤੇ ਖੈਰਾਤ ਕਰੇ ਦੇਹਾਂ ਵਿੱਚ ਗੜਾ ਮਸ਼ਹੂਰ ਥੀ ਗਿਆ ਗੜੇ ਦੀ ਗੱਲਾਂ ਸ਼ਹਿਜ਼ਾਦੇ ਤੱਕ ਪਹੁੰਚੀਆਂ ਬੁਲਾਇਓਸ ਗੜਾ ਲਿਫੰਗਾ ਤਾਂ ਜ਼ਰੂਰ ਆ ਪਰ ਜਿਬ ਦਾ ਬੜਾ ਮਿੱਠੜਾ ਹਾਂ ਸ਼ਹਿਜ਼ਾਦੇ ਨੂੰ ਗੱਲਾਂ ਗੱਲਾਂ ਵਿੱਚ ਮਿਲਾ ਲਿਓਸ ਅਤੇ ਦੋਵੇਂ ਇੱਕ ਝੱਟ ਜਿਗਰੀ ਯਾਰ ਤਬੇਲੀ ਬਣ ਗਏ ਜੀ ਗੜਾ ਜੀ ਗੜਾ ਹੁਣ ਸ਼ਾਹੀ ਮਹਿਲ ਦੇ ਵਿੱਚ ਦਰਬਾਰ 'ਚ ਆਉਣ ਜਾਵਣ ਲੱਗ ਗਿਆ ਗੜਾ ਸ਼ਾਹੀ ਮਹਿਲ ਜਿੱਦਾਂ ਵੰਨੇ ਉਹ ਸਿਰਫ ਸ਼ਾਹੀ ਖਜ਼ਾਨਾ ਤੱਕੇ ਅਤੇ ਆਖਿਰ ਇੱਕ ਰਾਤ ਮੌਕਾ ਤਾੜ ਕੇ ਖਜ਼ਾਨਾ ਬੰਨ ਲਿਓਸ ਹੀਰੇ ਜਵਾਹਰਾ ਸੋਨਾ ਚਾਂਦੀ ਜਿਹੜਾ ਚਾਹ ਸਕਦਾ ਹਾਂ ਚਾਹੋਸ ਅਤੇ ਕਿਸੇ ਨੂੰ ਪਤਾ ਨਾ ਲੱਗਣ ਤੁਸੀਂ ਬਾਦਸ਼ਾਹ ਨੂੰ ਖਜ਼ਾਨੇ ਲੁੱਟ ਜਾਣ ਦਾ ਬਹੁ ਦੁੱਖ ਥਿਆ ਕਚਹਿਰੀ ਲਾਈਓਸ ਵਜ਼ੀਰਾਂ ਸਫੀਰਾਂ ਦਰਬਾਰੀਆਂ ਅਤੇ ਕੋਤਵਾਲਾਂ ਕੋ ਬੁਲਾਇਓਸ ਗੜਾ ਵੀ ਹਾਜ਼ਰ ਜੇ ਆਖਣ ਲੱਗਾ ਚੋਰ ਗੋਲੋ ਕੋਤਵਾਲ ਆਸ ਕੀਤੀ ਬਾਦਸ਼ਾਹ ਸਲਾਮਤ ਘਬਰਾਓ ਨਾ ਇਹ ਗੁਲਾਮ ਪਰਸੋਂ ਤਾਈਂ ਚੋਰ ਕੋ ਪੇਸ਼ ਕਰੇ ਸੀ ਜੀ ਦੇ ਰੱਥੇ ਇਹਨੂੰ ਕੋਤਵਾਲ ਤਲਾਸ਼ 'ਚ ਨਿਕਲਿਆ ਚੋਰ ਦੀ ਉਡੂੰ ਗੜਾ ਫਕੀਰ ਬਣ ਅਤੇ ਸ਼ਹਿਰ ਦੇ ਬਾਹਰੋਂ ਬਹਿ ਗਿਆ ਜੀ ਕੋਤਵਾਲ ਫਕੀਰ ਜੁੱਗੀ 'ਚ ਆਇਆ ਅਤੇ ਦੁਆ ਦਰਖਾਸਤ ਕੀਤੀ ਉਸ ਫਕੀਰ ਆਖਣ ਲੱਗਾ ਮੈਂ ਕੋਈ ਪਤਾ ਹੈ ਤੂੰ ਸ਼ਾਹੀ ਚੋਰ ਤਲਾਸ਼ 'ਚ ਘਬਰਾ ਨਾ ਅਤੇ ਦਰਖਾਸਤ ਕਬੂਲ ਹੈ ਬਹਿਵਨ ਚੋਰ ਅੱਧ ਰਾਤ ਕੋਈ ਥਾਂ ਹੀ ਆਵੇ ਸੀ ਵੱਧ ਕਿੰਨੇ ਪਰ ਹਾਂ ਆਪਣੀ ਵਰਦੀ 'ਚ ਲਹਾ ਜੋ ਅਗਲੇ ਕੋਈ ਸ਼ੱਕ ਨਾ ਪਵੇ ਅਤੇ ਇਹ ਕੱਪੜੇ ਪਾ ਗਏ ਫਕੀਰ ਵਰਦੀ ਜਮੀਲ 'ਚ ਗੱਤੀ ਜੀ ਅਤੇ ਆਖਣ ਲੱਗਾ ਤੇ ਕੋਈ ਭੁੱਖ ਲੱਗੀ ਉਹ ਸੀ ਬਹਿ ਮੈਂ ਤੁਹਾਡੇ ਕਿਤੇ ਸ਼ਹਿਰੋਂ ਰੋਟੀ ਕੀਤੀਆਂ ਵਾਂ ਜੰਬੀਲ ਝਾ ਤੇ ਤੁਰ ਪਿਆ ਸ਼ਹਿਰ ਵਾਈ ਤੇ ਹੋਕਾ ਡਿਆਉਣ ਲੱਗ ਪਿਆ ਹਿਸਾਬ ਕਰਾ ਗਿਨੋ ਕਿਸਮਤ ਦਾ ਹਾਲ ਪੁੱਛੋ ਕੋਤਵਾਲ ਦੀ ਜ਼ਾਲ ਸੁਣਿਆ ਬੁਲਾਇਆ ਉਸਦੇ ਆਖਣ ਲੱਗੇ ਬਲਾ ਪੁੱਛ ਖਾਂ ਮੇਰਾ ਪਾਇਆ ਕਿਨ ਗਿਆ ਬਾਕੀ ਪੂਰਾ ਪੁੱਛਿਆ ਹਿਸਾਬ ਕਰ ਤੇ ਦਸਾਇਆ ਕੋਤਵਾਲ ਸ਼ਾਹੀ ਚੋਰ ਕੋ ਫਦਣ ਗਿਆ ਤੁਰਦੀ ਜਾ ਤੇ ਫਕੀਰ ਨੇ ਆਖਿਆ ਡੱਲੀ ਅੱਧ ਰਾਤ ਕੋ ਇੱਕ ਬਲਾਂ ਤੇਰੇ ਘਰ ਪਹੁੰਚੀ ਉਹਦਾ ਖਿਆਲ ਰੱਖੇ ਇਹ ਸੁਣ ਤੇ ਕੋਤਵਾਲ ਦੀ ਜ਼ਾਲ ਨੇ ਸਿਪਾਹੀ ਦੇ ਮੰਗਵਾਏ ਅਤੇ ਪਹਿਰਾ ਲਵਾੜੇ ਤੁਸ ਉਡੇ ਜੁੱਗੀ ਵਿੱਚ ਕੋਤਵਾਲ ਭੁੱਖ ਤੂੰ ਬਿਹਾਲ ਅੱਧ ਰਾਤ ਤਾਈਂ ਤਗਿਆ ਫਕੀਰ ਵੀ ਵਾਪਿਸ ਨਾ ਆਇਆ ਤਾਂ ਘਰ ਤੇ ਤੁਰ ਪਿਆ ਅਤੇ ਨੇੜੇ ਆਇਆ ਮਰ ਕੇ ਤਾਲੇ 'ਚ ਬੈਠੇ ਹਨ ਉਹਨਾਂ ਮਰਨ ਦੀ ਮਾਰ ਚੰਗੀ ਹੱਸ ਕਹਿ ਸਜਾਣ ਕਿੱਦਾਂ ਅਤੇ ਘਰ ਗਿਣ ਗਏ ਬਾਦਸ਼ਾਹ ਕੋ ਪਤਾ ਲੱਗਾ ਜੋ ਕੋਤਵਾਲ ਤਾਂ ਛਿਲਿਆ ਪੁੱਛਿਆ ਪੀਏ ਉਹ ਕਰਥਿਆ ਵੱਲ ਕਚਹਿਰੀ ਲਾਈ ਉਸ ਬਾਦਸ਼ਾਹ ਨੇ ਇੱਕ ਬਹਿ ਵਜ਼ੀਰ ਕੋ ਹੁਕਮ ਦਿੱਤਾ ਚੋਰ ਫਸ ਵੀਰ ਨੇ ਸ਼ਹਿਰ ਦੇ ਵਿੱਚ ਪਹਿਰਾ ਲਵਾ ਦਿੱਤਾ ਅਤੇ ਰਾਤ ਨੂੰ ਘੋੜੇ ਦੇ ਸਵਾਰ ਥੀ ਕੇ ਗਸ਼ਤ 'ਤੇ ਤੁਰ ਪਿਆ ਇਦੋਂ ਗੜੇ ਨੇ ਇੱਕ ਪਸਾਰੀ ਦੁਕਾਨ 'ਤੇ ਆ ਕੇ ਹਾਲ ਹਾਲ ਕਰ ਦਿੱਤੀ ਮੇਰੇ ਢਿੱਡ 'ਚ ਪੀੜ ਹੈ ਖੁਦਾ ਦੇ ਨਾਂ ਦੇ ਤਲੀ ਫੱਕੀ ਰਿਹੋ ਪਸਾਰੀ ਦੁਕਾਨੇ ਸੁੱਤਾ ਪਿਆ ਤਰਸ ਆਇਓਸ ਉੱਠਿਆ ਫੱਕੀ ਦੀ ਪੁੜੀ ਦੇਵਣ ਕੀਤੇ ਤਾਕ ਲਾਇਓਸ ਹੱਥ ਜੋ ਬਾਹਰ ਕੱਢਿਓਸ ਗੜੇ ਹੱਥ ਕੱਪ ਗਿਦਾ ਅਤੇ ਵਹਿੰਦਾ ਵਾਟ ਹੋਇਆ ਸ਼ਹਿਰ ਦੇ ਦਰਵਾਜ਼ੇ 'ਤੇ ਉਹ ਵਜ਼ੀਰ ਮਿਲਿਓਸ ਉਹ ਪੁੱਛਿਆ ਕੌਣ ਜਿਹਨੇ ਕਾਲਾ ਯਾਰ ਬਹੁ ਮਲਿਆ ਖਬਰਦਾਰ ਬਨੋ ਤਾਂ ਚੱਲ ਅੱਗੋਂ ਲੱਗ ਤੁਰ ਪਿਆ ਵਜ਼ੀਰ ਨੇ ਹੁਕਮ ਦਿੱਤਾ ਹੱਥ ਮੈਨੂੰ ਫਦਾ
मल ना वे गड़े पसारी वाला हाथ फसाड़े चौके चाया गड़ा बांह छुड़ा तो गली च वड़ गया। खैर दे थे वड्डी हुई बांह आले बंदे की तलाश शुरू थी गई। सिपाहियां पसारी ने फद काबू किया। दरबार दरबार पेशी तो ने ऊ अपनी कहानी सुनाई। बादशाह वजीर नाल खफा थे चोर नसाया ही वल कचहरी लगी। बादशाह हुक्म दिता कहे मकाना को छड़ो ये ओदा काम है। एक मकार बुलाई गई। बादशाह पूछया कितना मकर जान दिए। अर्ज की तो आसमान दे टाकी लहा ते वल सी सकदी है। बादशाह खुश थिया मकारा बुढ़ी दी शक्ल तलाश की ते टुर पई। टुरदियां टुरदियां आखिर वो गड़े दे घर पहुंची। गड़ा खैर आई नौकर घर मौजूद हन। उन्होंने गल्ला तू मकारा को शक पिया बूहे ते रंग मल ते टुर दिया टुर आई। गड़ा वापस आया रंग डिठोस पूछियो कौन। नौकरा बुढ़ी दा नाम दसिया। गड़ा पिछू भज गया ते चौक ते उन्हों ढालियो। बुढ़ी हाल हाल गति गड़े आख्या ये मेरी सस है लड़ते उठी वेंदी है। दोरी डाल घर गिन गया ते कोठे ढक दी उस। और बादशाह मकारा दे इंतजार च ते मकारा गड़े दी कैद च। अगले दिन बादशाह ने चोरी दी हरकत तो तंग आके नजीब मियां को बुलाया। जदा उन्हें हिसाब शुरू किया गड़ा दरबार च उठी ते चक्की दे पुट ते बन बैठा। जेदे चार चेफेरू पानी खला नजीब मियां दस्या चार चेफेरू पानी विच उच्चा पहाड़ उन्दे उत्ते बैठा है तेरा चोर चिका। ए गाल सुनते बादशाह विसरबोर ते बहु हैरान थिया। आखिर चोर है अल्लाह जाने जिन है या दे है मूंज आके कचहरी बर्खास्त कर दी उस। अच्छा गड़ा रात घर आया नौकरा डसाया जी मकारा भुख त्रे तू लागर थी गई। सुनते दूजी वारी गड़े दिल हलिया ते आप रेता बोलन लग पिया मैं बहु जालिम हाँ। पता नहीं छोटे निके निके बाल होसन रोज की खातर बहाने बनाई वधियाई उन्हू कैद करके जुल्म कीतम। ई ख्याल ही सारी रात जागदा रहा। अच्छा। ते रोंदा रहा थम्मी नाल चोरी ते ठगी दी तौबा दा कीती उस ते फैसला कीतो जी अपने आप को बादशाह पेश कर दे। यहां कचहरी लगी बादशाह आखण लगा चोर शहर लुके होए ते लभदा नहीं अज मैं फैसला कीता जेड़ा चोर पेश करे सी उनू अधराज ते बेटी दे साक दे। गड़े शाही ऐलान सुनया आखण लगा बादशाह जी चोर खुद पेश थी वजा तां बादशाह आखण लगा उंकू ओ नाम दिस। ए सुनते गड़ा पेश थी गया आखण लगा बादशाह सलामत चोर हाजिर है। सारी क्रैश कचहरी हैरान बादशाह उठिया गल आयो गड़े खजाना अशरफियां ते मकारा को सबूत किते पेश कीता। आखण लगा हजूर वाला गरीबां को लुटन तौबा कीती हम ते ई मकाम ते पहुंचे हैं। अज सारी बिल्कुल तौबा करती चोरी तो इस मकाम ते पहुंच गया।